ਸਿੱਖ ਇਤਿਹਾਸ ਦੇ ਵਰਕਿਆਂ ਉੱਤੇ ਇੱਕ ਅਜਿਹੀ ਘਟਨਾ ਦਾ ਜ਼ਿਕਰ ਵੀ ਮਿਲਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ 702 ਤੋਂ ਜ਼ਿਆਦਾ ਸਾਥੀ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਸੀ ਅਤੇ ਉਹਨਾਂ ਵਿੱਚ ਇੱਕ ਅਜਿਹਾ ਨੌਜਵਾਨ ਗੱਭਰੂ ਵੀ ਸੀ ਜਿਸ ਦਾ ਨਾਮ ਨਾਮਾ ਵਿਆਹ ਹੋਇਆ ਸੀ ਉਸ ਨੂੰ ਵੀ ਸਿੱਖਾਂ ਵਾਂਗ ਸਿੱਖ ਹੋਣ ਕਰਕੇ ਕਤਲ ਕਰਨ ਲਈ ਕੈਰ ਕੀਤਾ ਹੋਇਆ ਸੀ ਬਾਦਸ਼ਾਹ ਫਕਸ਼ੀਰ ਦਾ ਹੁਕਮ ਸੀ ਕਿ ਜਿਹੜਾ ਸਿੱਖ ਧਰਮ ਤਿਆਗ ਦੇਵੇਗਾ ਅਸ ਨੂੰ ਛਾੜ ਦਿੱਤਾ ਜਾਵੇਗਾ ਲੜਕੇ ਦੀ ਬਿਰਧ ਮਾਤਾ ਨੇ ਸੱਜਦ ਅਬਦੁੱਲਾਹ ਤੇ ਫਰਕਸ਼ੀਰ ਅੱਗੇ ਫਰਿਆਦ ਕੀਤੀ ਕਿ ਮੇਰਾ ਪੁੱਤਰ ਸਿੱਖ ਨਹੀਂ ਹੈ ਜੈਸੇ ਵੇਲੇ ਤੁਸੀਂ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਸੀ ਉਸ ਸਮੇਂ ਮੇਰਾ ਲੜਕਾ ਵੀ ਕੈਦ ਵਿੱਚ ਹੋਣ ਕਰਕੇ ਸਿੱਖਾਂ ਨਾਲ ਫੜਿਆ ਗਿਆ ਸੀ ਮੇਰਾ ਲੜਕਾ ਬੇਗੁਨਾਹ ਹੋਣ ਕਰਕੇ ਮਾਰਿਆ ਜਾਵੇਗਾ ਫਰਕਸ਼ੀਰ ਨੂੰ ਬੁੱਢੀ ਮਾਇਤੇ ਦਰਸ ਆ ਗਿਆ ਅਤੇ ਉਸ ਨੇ ਲੜਕੇ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਜਾਬਰ ਲੋਕ ਆਪਣੀਆਂ ਅੱਖਾਂ ਸਾਹਮਣੇ ਰੋਜ਼ਾਨਾ ਸੌ ਸੌ ਸਿੱਖਾਂ ਦਾ ਕਤਲ ਹੁੰਦਾ ਵੇਖ ਚੁੱਕੇ ਸਨ ਸਿੱਖਾਂ ਨੇ ਆਪਣੇ ਧਰਮ ਪ੍ਰਤੀ ਦਿੜਤਾ ਵੇਖ ਕੇ ਸਾਰੇ ਹੈਰਾਨ ਸਨ ਕਿਉਂਕਿ ਕਿਸੇ ਵੀ ਸਿੱਖ ਨੇ ਆਪਣਾ ਧਰਮ ਨਹੀਂ ਸੀ ਬਦਲਿਆ ਨਾ ਹੀ ਕਿਸੇ ਨੇ ਆਪਣੀ ਸਿੱਖੀ ਸਿੱਧ ਘਾਰਿਆ ਅਤੇ ਨਾ ਹੀ ਕਿਸੇ ਨੇ ਆਪਣੀ ਜਾਨ ਬਚਾਉਣ ਲਈ ਕਿਸੇ ਅੱਗੇ ਫਰਿਆਦ ਕੀਤੀ ਪਰ ਬੁੱਢੀ ਮਾਈ ਦੀ ਫਰਿਆਦ ਨੇ ਲੜਕੇ ਦੇ ਸਿੱਖੀ ਸਦਕਾ ਬਾਰੇ ਜਬਰਾਂ ਦੇ ਮਨ ਵਿੱਚ ਇੱਕ ਭਰਮ ਜ਼ਰੂਰ ਪੈਦਾ ਕਰ ਦਿੱਤਾ ਸੀ ਦੂਜੇ ਪਾਸੇ ਜਦੋਂ ਸਿੱਖ ਲੜਕਾ ਹੋਰਾਂ ਸਿੱਖਾਂ ਵਾਂਗ ਕਤਲ ਕੀਤਾ ਜਾਣ ਵਾਲਾ ਸੀ ਉਸ ਵੇਲੇ ਮਾਈ ਨੇ ਸ਼ਾਹੀ ਫਰਮਾਨ कोतवाल ਨੂੰ ਦੇ ਦਿੱਤਾ कोतवाल ਨੇ ਲੜਕੇ ਨੂੰ ਬੁਲਾ ਕੇ ਕਿਹਾ ਜਾ ਤੈਨੂੰ ਛੱਡ ਦਿੱਤਾ ਗਿਆ ਹੈ ਕਿਉਂਕਿ ਤੂੰ ਸਿੱਖ ਨਹੀਂ ਹੈ ਲੜਕੇ ਨੇ ਜਦੋਂ कोतवाल ਦਾ ਇਹ ਹੁਕਮ ਸੁਣਿਆ ਤਾਂ ਉੱਚੀ-ਉੱਚੀ ਕਹਿਣ ਲੱਗਾ ਮੇਰੀ ਮਾਂ ਝੂਠ ਬੋਲਦੀ ਹੈ ਮੈਂ ਦਿਲ ਜਾਣ ਤੋਂ ਗੁਰੂ ਦਾ ਸਿੱਖੀ ਸਿੱਧਕ ਸਿੱਖਾਂ ਉਸ ਵੇਲੇ ਬਿਰਧ ਮਾਇਆ ਮਾਂ ਦੀਆਂ ਚੀਕਾਂ ਤੇ ਹੰਝੂ ਪਰੇ ਤਰਲੇ ਮਿੰਤਾ ਉਹ ਸਿੱਖ ਲੜਕੇ ਨੂੰ ਆਪਣੇ ਸਿੱਖੀ ਸਿੱਧਕ ਤੋਂ ਡੁਲਾ ਨਾ ਸਕੇ ਹੋਰ ਸਿੱਖਾਂ ਵਾਂਗ ਜਲਦ ਹੀ ਉਹ ਸਿੱਖ ਲੜਕੇ ਨੇ ਜਲਾਦ ਦੀ ਤਲਵਾਰ ਅੱਗੇ ਆਪਣੀ ਗਰਦਨ ਕਰ ਦਿੱਤੀ ਅਤੇ ਆਪਣੀ ਕੌਮ ਦੇ ਲਾਸਾਨੀ ਸਿੱਖ ਇਤਿਹਾਸ ਨੂੰ ਦਾਗ ਲੱਗਣ ਤੋਂ ਸਦਾ ਲਈ ਬਚਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ